ਲਓ ਜੀ ਬੈਠੋ, ਠੀਕ ਹੋ ਕੇ ਬਣਾ ਲਿਆਂਦਾ ਯੰਤਰ ਮੰਤਰ, ਆ ਜਾਓ ਜੀ ਫਿਰ ਲਿਆਓ ਫਿਰ। ਵਾਲਾਂ ਵਾਸਤੇ ਲਿਆਂਦੀ ਹੈ ਜੀ ਵਧੀਆ ਚੀਜ਼ ਬਣਾ ਕੇ। ਆਹਾਹਾ ਠਾਰਤਾ ਉਹ ਫਿਰ, ਆਹਾਹਾ ਆ ਬੜੀ ਘੈਂਟ ਚੀਜ਼ ਆ ਯਾਰ, ਪੂਰਾ ਕਰਤਾ ਸਾਰਾ ਵਾਲ ਬੂਲ ਸਾਰੇ ਨਜ਼ਾਰਾ ਲਿਆਤਾ ਯਾਰ। ਹੋਰ ਜੀ ਤੁਸੀਂ ਤਾਂ ਕਰੀ ਜਾਂਦੇ ਸੀ, ਵਾਲ ਮੱਚੀ ਜਾਂਦੇ ਆ, ਚਮੜੀ ਮੱਚੀ ਜਾਂਦੀ ਆ ਵਾਲਾਂ ਦੀ, ਤੇ ਲਓ ਮੈਂ ਬਣਾਤੀ ਵਧੀਆ ਚੀਜ਼। ਤਾਂ ਕੁਰਜੀ ਹਟ ਜੂਗੀ ਹੁਣ ਸਾਰੀ? ਹਾਂਜੀ ਹਾਂਜੀ ਸਾਰਾ ਕੁਝ ਹਟ ਜੂ ਜੀ ਚੰਗੀ ਤਰ੍ਹਾਂ। ਝੱਗ ਵੀ ਬਣ ਗਈ ਬਈ? ਹਾਂਜੀ ਝੱਗ ਵਾਸਤੇ ਬਣਾਇਆ ਜੀ, ਜਿਹੜੀ ਸਾਰੀ ਮੈਲ ਕੱਢੇ ਤੇ ਆਪਣੇ ਜਿਹੜੇ ਵਾਲ ਆ ਉਹ ਵੀ ਵਧੀਆ ਰਹਿਣ ਜੀ, ਖਰਾਬ ਨਾ ਹੋਣ। ਦੱਸੇ ਬਣਾਇਆ ਕਿਵੇਂ ਆ? ਹਾਂਜੀ ਦੱਸ ਦਿਆਂ ਜੀ, ਚਲੋ ਫਿਰ ਆਪਾਂ ਵਾਲ ਧੋਲੀਏ ਤੇ ਫਿਰ ਆਪਣੇ ਦੋਸਤਾਂ ਨੂੰ ਵੀ ਦੱਸ ਦੇਵੇ ਕਿਵੇਂ ਬਣਾਇਆ ਜੀ। ਲਓ ਜੀ ਫਿਰ ਬਣਾਉਂਦੇ ਹਾਂ ਆਪਾਂ ਹੋਮਮੇਡ ਸ਼ੈਂਪੂ। ਇਹ ਬਹੁਤ ਹੀ ਵਧੀਆ ਅਸਰ ਕਰਦਾ ਹੈਗਾ, ਕਿਉਂਕਿ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਸਿੱਕਰੀ ਆ, ਵਾਲ ਬਹੁਤ ਹੀ ਜ਼ਿਆਦਾ ਝੜਦੇ ਨੇ, ਵੱਧਦੇ ਨਹੀਂ, ਤਾਂ ਆਪਾਂ ਇਹ ਜਿਹੜਾ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ। ਇਹ ਅਕਸਰ ਆਪਣੇ ਸਮਾਨ ਹੁੰਦੇ ਹੀ, ਔਰ ਇੱਕ ਦੋ ਚੀਜ਼ਾਂ ਜਿਹੜੀਆਂ ਆਪਾਂ ਨੂੰ ਬਾਹਰੋਂ ਲਿਆਉਣੀ ਪੈਣੀ ਆ। ਤੇ ਚਲੋ ਜੀ ਫਿਰ ਮੈਂ ਦੱਸ ਦਿਆਂ ਵੀ ਆਪਾਂ ਕਿਵੇਂ ਬਣਾ ਸਕਦੇ ਹਾਂ। ਫਿਰ ਆਹ ਕੀ ਸਮਾਨ ਲੈ ਲਿਆ ਰਮਨ ਇਹਦੇ ਲਈ ਆਪਾਂ? ਇਹਦੇ ਲਈ ਲਿਆ ਜੀ ਆਪਾਂ ਨਿੰਮ, ਇਹਨੂੰ ਇੱਕ ਕੌਲੀ ਭਰ ਕੇ ਸੁਕਾ ਲਈ ਸੀਗੀ ਧੁੱਪੇ ਰੱਖ ਕੇ, ਤੇ ਇੱਕ ਕੌਲੀ ਭਰ ਕੇ ਆਪਾਂ ਲੈ ਲੈਣੀ ਆ ਜੀ। ਠੀਕ ਹੈ, ਆਹ ਲੈ ਸੁਕਾ ਲੈਣੇ ਆ ਵਧੀਆ। ਹਾਂਜੀ 150 ਗ੍ਰਾਮ ਆਪਾਂ ਲਏ ਸ਼ਿੱਕਾ ਕਾਈ, ਇਹ ਫਲੀਆਂ ਜੀ ਮਤਲਬ ਸ਼ਿੱਕਾ ਕਾਈ ਆ ਇਹ? ਹਾਂਜੀ ਸ਼ਿੱਕਾ ਕਾਈ ਜੀ। ਤੇ ਆਪਾਂ 35 ਗ੍ਰਾਮ ਲਿਆ ਜੀ ਚੰਦਨ ਪਾਊਡਰ। ਠੀਕ ਹੈ ਜੀ, ਚੰਦਨ ਦਾ ਪਾਊਡਰ। ਹਾਂਜੀ, ਤੇ ਇਹਦੇ ਵਿੱਚ ਆਪਾਂ ਬੇਸਣ ਵੀ ਵਰਤ ਸਕਦੇ ਹਾਂ ਜੀ, ਉਹ ਆਪਸ਼ਨਲ ਹੈ। ਜੇਕਰ ਆਪਣੇ ਵਾਲ ਬਹੁਤ ਹੀ ਜ਼ਿਆਦਾ ਓਇਲੀ ਨੇ ਤਾਂ ਆਪਾਂ ਯੂਜ਼ ਕਰ ਸਕਦੇ, ਨਹੀਂ ਉਹਨੂੰ ਆਪਾਂ ਸਕਿੱਪ ਕਰ ਸਕਦੇ ਹਾਂ ਜੀ। ਠੀਕ ਹੈ ਜੀ, ਕਿਉਂਕਿ ਹੁਣ ਤਾਂ ਮੌਸਮ ਇਹੋ ਜਿਹਾ ਚੱਲ ਰਿਹਾ ਵੀ ਜਿਹੜੇ ਵਾਲ ਉਹ ਡਰਾਈ ਹੋ ਜਾਂਦੇ ਨੇ, ਮਤਲਬ ਬਹੁਤ ਹੀ ਜ਼ਿਆਦਾ ਖੁਸ਼ਕ, ਇਸ ਕਰਕੇ ਮੈਂ ਇਹਦੇ ਵਿੱਚ ਬੇਸਣ ਨਹੀਂ ਪਾਇਆ ਜੀ। ਇਹ ਤਿੰਨ ਚੀਜ਼ਾਂ ਚਾਹੀਦੀਆਂ ਰਮਨ ਆਪਾਂ ਨੂੰ ਫਿਰ? ਹਾਂਜੀ, ਜੇਕਰ ਆਪਾਂ ਗਰਮੀ 'ਚ ਬਣਾ ਰਹੇ ਹਾਂ, ਬਹੁਤ ਹੀ ਜ਼ਿਆਦਾ ਓਇਲੀ ਆਪਣੇ ਵਾਲ ਨੇਗੇ, ਫਿਰ ਆਪਾਂ ਇਹਦੇ ਵਿੱਚ ਬੇਸਣ ਪਾ ਸਕਦੇ ਹਾਂਗੇ, ਉਹ ਆਪਾਂ ਪਾ ਸਕਦੇ ਹਾਂ ਜੀ। ਜਿਵੇਂ 150 ਗ੍ਰਾਮ ਆਪਾਂ ਸ਼ਿੱਕਾ ਕਾਈ ਲਈ ਹੈ, 150 ਗ੍ਰਾਮ ਆਪਾਂ ਇਹਦੇ ਵਿੱਚ ਬੇਸਣ ਪਾ ਸਕਦੇ ਹਾਂ। ਠੀਕ ਹੈ ਜੀ, ਚਲੋ ਫਿਰ ਦੱਸੀਏ ਜੀ ਹੁਣ ਕਿਵੇਂ ਯੂਜ਼ ਕਰਨਾ ਤੇ ਕਿਵੇਂ ਬਣਾਉਣਾ। ਹਾਂਜੀ, ਤੇ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਜੀ। 150 ਗ੍ਰਾਮ ਹੈਗੀ ਹੈ ਸ਼ਿੱਕਾ ਕਾਈ। ਠੀਕ ਹੈ ਜੀ, ਇਹਨੂੰ ਪੀਸਣਾ ਆਪਾਂ? ਹਾਂਜੀ, ਪਹਿਲਾਂ ਆਪਾਂ ਇਹਨੂੰ ਇਕੱਲੇ ਨੂੰ ਪੀਸ ਲੈਂਦੇ ਹਾਂ ਜੀ। ਠੀਕ ਹੈ ਜੀ, ਤੇ ਇੱਧਰ ਆਪਾਂ ਜਿਹੜਾ ਜਿਹੜੇ ਨਿੰਮ ਦੇ ਪੱਤੇ ਆ, ਆਪਾਂ 1 ਕੌਲੀ 2 ਕੌਲੀਆਂ ਵੀ ਲੈ ਸਕਦੇ ਹਾਂ ਜੀ, ਕੋਈ ਇਹਦਾ ਮਤਲਬ ਸਾਈਡ ਵੱਧ ਲੈਣਾ ਚਾਹੁੰਦੇ ਆਪਾਂ ਵੱਧ ਵੀ ਲੈ ਸਕਦੇ ਹਾਂ ਜੀ। ਪਰ ਇਹਦੇ ਹਿਸਾਬ ਨਾਲ ਇੰਨਾ ਕਿ ਇਹ ਬਹੁਤ ਆ ਜੀ। ਇਹ ਜਿਵੇਂ ਹੁਣ ਵਾਲਾਂ 'ਚ ਬਹੁਤ ਹੀ ਜ਼ਿਆਦਾ ਖੁਸ਼ਕੀ ਹੋ ਜਾਂਦੀ ਹੈ, ਜਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬਹੁਤ ਹੀ ਸਿੱਕਰੀ ਹੋ ਜਾਂਦੀ ਹੈਗੀ, ਜਾਂ ਜ਼ਖਮ ਵੀ ਹੋ ਜਾਂਦੇ ਨੇ, ਮਤਲਬ ਵਾਲਾਂ 'ਚ ਜੋ ਵੀ ਪ੍ਰੋਬਲਮ ਆਉਂਦੀ ਹੈ ਜੀ, ਇਨਫੈਕਸ਼ਨ ਹੋ ਗਈ ਜਾਂ ਕੁਛ ਵੀ, ਉਹ ਜਿਹੜਾ ਨਿੰਮ ਹੈ ਐਂਟੀਬਾਇਓਟਿਕ ਹੈ, ਤਾਂ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਇਹਦੇ ਨਾਲ। ਅੱਛਾ ਜੀ, ਤੇ ਇਹਦਾ ਆਪਾਂ ਹੋਮਮੇਡ ਸ਼ੈਂਪੂ ਬਣਾਉਣ ਲੱਗੇ ਹਾਂ, ਬਹੁਤ ਹੀ ਵਧੀਆ ਲੱਗੂਗਾ ਜੀ। ਸਾਰਾ ਕੁਛ ਦੱਸਾਂਗੇ ਕਿਵੇਂ ਬਣਾਉਣਾ ਗਾ ਇਹਨੂੰ, ਕਿਵੇਂ ਲਗਾਉਣਾ ਗਾ, ਅਤੇ ਕਿਵੇਂ ਆਪਾਂ ਇਹਨੂੰ ਯੂਜ਼ ਕਰ ਸਕਦੇ ਜੀ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਇਹਨੂੰ ਪਾਊਡਰ ਫਾਰਮ 'ਚ ਤਿਆਰ ਕਰ ਲਾਂਗੇ ਜੀ। ਲਓ ਜੀ, ਇਹਨੂੰ ਆਪਾਂ ਮਿਕਸ ਕਰ ਲਿਆ। ਠੀਕ ਹੈ ਜੀ, ਪੂਰਾ ਬਰੀਕ ਪਾਊਡਰ ਬਣਾ ਲਿਆ ਹੈ। ਹਾਂਜੀ, ਅਤੇ ਵਿੱਚ ਇਹਦੇ ਪਾ ਦਾਂਗੇ ਜੀ ਨਿੰਮ ਦੀਆਂ ਪੱਤੀਆਂ ਜੋ ਕਿ ਆਪਾਂ ਸੁਕਾਈਆਂ ਹੋਈਆਂ ਨੇਗੀਆਂ। ਠੀਕ ਹੈ ਜੀ, ਵਿੱਚ ਆਪਾਂ ਇਹ ਪਾ ਲਾਂਗੇ ਜੀ, ਅਤੇ ਵਿੱਚ ਆਪਾਂ ਪਾ ਲਾਂਗੇ ਜੀ 35 ਗ੍ਰਾਮ ਚੰਦਨ ਦਾ ਪਾਊਡਰ। ਠੀਕ ਹੈ ਜੀ, ਇਹ ਥੋੜਾ ਜਿਹਾ ਮਹਿੰਗਾ ਮਿਲਦਾ ਜੀ, ਪਰ ਇਹ 'ਚ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਆ। ਜਿਹੜੇ ਆਪਣੇ ਚੰਗੇ ਚੰਗੇ ਸ਼ੈਂਪੂ ਆ, ਉਹਨਾਂ ਨੂੰ ਵੀ ਦੂਰ ਕਰੂਗਾ ਜੀ, ਮਤਲਬ ਇਹਦੇ ਕੋਈ ਵੀ ਕੈਮੀਕਲ ਨਹੀਂ ਪਾਉਣਾ ਆਪਾਂ, ਤੇ ਇਹਦਾ ਕੋਈ ਵੀ ਨੁਕਸਾਨ ਨਹੀਂ, ਫਾਇਦੇ ਹੀ ਹੋਣਗੇ। ਤੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਪਾਊਡਰ ਫਾਰਮ 'ਚ ਤਿਆਰ ਕਰ ਲਾਂਗੇ ਜੀ। ਠੀਕ ਹੈ ਜੀ, ਲਓ ਜੀ ਬਣ ਕੇ ਜੀ। ਹਾਂਜੀ, ਬਣ ਕੇ ਬਿਲਕੁਲ ਤਿਆਰ ਹੈ ਜੀ। ਇਹਦਾ ਭਾਫ ਮੰਗੂੜਦਾ ਹੋਵੇ, ਪਾਊਡਰ ਵਧੀਆ ਬਣ ਗਿਆ ਜੀ ਇਹਦਾ। ਹਾਂਜੀ, ਤੇ ਹੁਣ ਆਪਾਂ ਇਹਨੂੰ 에ਅਰਟਾਈਟ ਵਿੱਚ ਪਾ ਕੇ ਰੱਖ ਲਾਂਗੇ ਜੀ, ਤਾਂ ਜੋ ਇਹ ਸੈੱਲ ਨਾ ਫੜੇ, ਖਰਾਬ ਨਾ ਹੋਵੇ, ਤੇ ਜਦੋਂ ਵੀ ਜ਼ਰੂਰਤ ਹੋਵੇ ਆਪਾਂ ਬਿਲਕੁਲ ਥੋੜਾ ਜਿਹਾ ਹੀ ਯੂਜ਼ ਕਰਨਾ। ਵੈਸੇ ਆਪਾਂ ਵਾਲਾਂ ਦੇ ਹਿਸਾਬ ਨਾਲ ਵੀ ਯੂਜ਼ ਕਰ ਸਕਦੇ ਹਾਂ ਜੀ ਇਹਨੂੰ। ਗਲ ਜਨ ਚੜ ਰਿਹਾ ਜੀ। ਹਾਂਜੀ, ਇਹ ਤਾਂ ਰਾਉਣ ਜਿਵੇਂ ਫੱਕ ਨਹੀਂ ਚੜਦੀ ਹੁੰਦੀ ਨਾ। ਹਾਂਜੀ, ਪਹਿਲਾਂ ਖੋਲ ਲਿਆ ਜੀ ਥੋੜਾ ਜਿਹਾ, ਤੇ ਚੰਗੀ ਤਰ੍ਹਾਂ ਮਿਕਸ ਕਰ ਲਗੇ ਜੀ, ਕਿਉਂਕਿ ਥੱਲੇ ਇਹਦੇ ਉਹ ਸੀਗਾ। ਹਾਂਜੀ, ਜਿਹੜੀ ਸਿੱਕਾ ਕਾਈ ਪਾਈ ਹੋਈ ਸੀ ਆਪਾਂ, ਸਿੱਕਾ ਕਾਈ ਦੀਆਂ ਫਲੀਆਂ ਜੀਆਂ ਹੋ ਜਾਂਦੀਆਂ, ਪਰ ਸੰਘ ਨੂੰ ਜੋ ਉਸ ਤੋਂ ਬਹੁਤ ਜ਼ਿਆਦਾ ਚੜ ਰਿਹਾ ਹੈ, ਥੋੜਾ ਜਿਹਾ ਟਾਈਮ ਇਹਨੂੰ ਰੱਖ ਲਿਓ, ਮਤਲਬ ਪੀਸਣ ਸਾਰ ਦਾ ਢੱਕਣ ਨਾ ਖੋਲੋ, ਨਹੀਂ ਤਾਂ ਸੰਘ ਨੂੰ ਚੜ ਜਾਣਾ। ਹਾਂਜੀ, ਤੇ ਇਹ ਬਸ ਮੈਂ 2 ਚਮਚ ਲਾਉਂ ਜੀ, ਵਾਲਾਂ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਲੈ ਸਕਦੇ ਹਾਂ। ਠੀਕ ਹੈ ਜੀ, ਤੇ 1 ਲੀਟਰ ਲਵਾਂਗੇ ਆਪਾਂ ਪਾਣੀ ਦਾ।
1 ਲੀਟਰ ਪਾਣੀ ਦਾ, ਮਤਲਬ 1 ਲੀਟਰ ਪਾਣੀ ਚ ਇਹ 2 ਚਮਚੇ ਪਾਉਣੇ ਆ। ਬਾਲਾਂ ਦੇ ਹਿਸਾਬ ਨਾਲ ਲੈ ਸਕਦੇ ਜੀ, ਬਾਲ ਲੰਬੇ ਨੇ ਤਾਂ 1 ਲੀਟਰ ਲੈ ਸਕਦੇ ਆ, ਨਹੀਂ ਵੱਧ ਘੱਟ ਕਰ ਸਕਦੇ ਆ ਜੀ। ਠੀਕ ਹੈ, ਇਹਨੂੰ ਆਪਾਂ ਭਿਉਂ ਕੇ ਰੱਖਣਾ ਜੀ, ਟਾਈਮ ਹੈਗਾ ਤਾਂ 2 ਘੰਟੇ ਆਪਾਂ ਇਹਨੂੰ ਭਿਉਂ ਕੇ ਰੱਖ ਦੇਣਾ, ਤੇ ਨਹੀਂ ਘੱਟੋ ਘੱਟ ਅੱਧਾ ਘੰਟਾ ਤਾਂ ਆਪਾਂ ਇਹਨੂੰ ਪਹਿਲਾਂ ਭਿਉਂ ਕੇ ਰੱਖਣੀ ਆ ਬਾਲ ਧੋਣ ਤੋਂ ਪਹਿਲਾਂ। ਹੁਣ ਆਪਾਂ ਇਹਨੂੰ ਭਿਉਂ ਕੇ ਰੱਖ ਦਈਏ ਜੀ, ਫਿਰ ਆਪਾਂ ਆਪਣੇ ਦੋਸਤਾਂ ਨੂੰ ਲਾ ਕੇ ਦਿਖਾਉਣੇ ਆ। ਠੀਕ ਹੈ ਜੀ, ਤੇ ਲਓ ਜੀ ਆਪਾਂ ਲੈ ਲਿਆ 1 ਲੀਟਰ ਪਾਣੀ ਦਾ। ਠੀਕ ਹੈ ਜੀ, ਇਹਦੇ ਵਿੱਚ ਆ 2 ਚਮਚੇ ਨੇ ਜੀ, 2 ਚਮਚ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ। 1 ਲੀਟਰ ਪਾਣੀ 'ਚ 2 ਚਮਚੇ ਪਾ ਕੇ ਆਪਾਂ ਘੋਲ ਕੇ ਮਤਲਬ ਉਹ ਕਰ ਦੇਣਾ ਹੈ, ਹਾਂਜੀ, ਰੱਖ ਲੈਣਾ। ਤੇ ਇਹਦੇ ਨਾਲ ਝੱਗ ਤਾਂ ਹੋਣੀ ਨਹੀਂ ਜੀ, ਬਸ ਹਲਕੀ ਫੁਲਕੀ ਜੀ ਝੱਗ ਹੋਊਗੀ। ਤੇ ਇਹਦੇ ਵਿੱਚ ਆਪਾਂ ਬੇਬੀ ਸ਼ੈਂਪੂ ਪਾ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਜ਼ਿਆਦਾ ਕੈਮੀਕਲ ਨਹੀਂ ਹੁੰਦੇ, ਬਹੁਤ ਵਧੀਆ ਹੁੰਦਾ ਜੀ ਉਹ। ਹਾਂਜੀ, ਝੱਗ ਵਾਸਤੇ ਆਪਾਂ ਉਹ ਯੂਜ਼ ਕਰ ਸਕਦੇ ਹਾਂ। ਤੇ ਇਹ ਸ਼ੈਂਪੂ, ਹਾਂਜੀ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਜੀ, ਨਿੰਮ ਹੋ ਗਿਆ, ਚੰਦਨ ਪਾਊਡਰ ਹੋ ਗਿਆ, ਤੇ ਸ਼ਿਕਾਕਾਈ ਹੋ ਗਈ, ਇਹ ਆਪਣੇ ਬਾਲਾਂ ਨੂੰ ਮੁਲਾਇਮ ਕਰਨਗੇ, ਲੰਬੇ ਕਰਨ 'ਚ ਵੀ ਮਦਦ ਕਰਦੇ, ਬਾਲ ਝੜਨ ਤੋਂ ਵੀ ਰੋਕਦੇ ਆ, ਤੇ ਜਿਹੜੀ ਸਿੱਕਰੀ ਹੋਣ ਤੋਂ ਬਿਲਕੁਲ ਹੀ ਖਤਮ ਕਰ ਦਿੰਦੇ ਨੇ। ਠੀਕ ਹੈ ਜੀ, ਤੇ ਜੇਕਰ ਬਹੁਤ ਹੀ ਜ਼ਿਆਦਾ ਓਇਲੀ ਆਪਣੀ ਸਕਿਨ ਹੈਗੀ, ਬਹੁਤ ਹੀ ਜ਼ਿਆਦਾ ਓਇਲੀ ਆਪਣੇ ਹੇਅਰ ਨੇਗੇ, ਮਤਲਬ ਆਪਣਾ ਐਵੇਂ ਹੁੰਦਾ ਵੀ ਥੋੜ੍ਹੇ ਵੀ ਵਧੀਆ ਜੀ ਹੋਣ, ਚਮਕੀਲੇ ਜੀ, ਤਾਂ ਆਪਾਂ ਇਹਦੇ ਵਿੱਚ ਬੇਸਣ ਵੀ ਯੂਜ਼ ਕਰ ਸਕਦੇ, ਜਿਵੇਂ ਹੁਣ ਬਹੁਤ ਹੀ ਜ਼ਿਆਦਾ ਗਰਮੀ ਹੁੰਦੀ ਹੈਗੀ, ਉਦੋਂ ਬਹੁਤ ਹੀ ਓਇਲੀ ਐਵੇਂ ਜੁਕਰੀ, ਜਿਵੇਂ ਆਪਾਂ ਚੰਦਨ ਪਾਇਆ ਪੀਸ ਕੇ ਆਪਾਂ ਬੇਸਣ, ਹਾਂਜੀ, ਉਹ ਬੇਸਣ ਵੀ ਪਾ ਸਕਦੇ ਹਾਂ, ਤੇ ਨਾ ਸਾਰੀਆਂ ਚੀਜ਼ਾਂ ਨੂੰ 2 ਘੰਟੇ ਵਾਸਤੇ ਆਪਾਂ ਭਿਉਂ ਕੇ ਰੱਖ ਦੇਣਾ ਨਹਾਉਣ ਤੋਂ ਪਹਿਲਾਂ, ਤੇ ਨਹੀਂ ਘੱਟੋ ਘੱਟ ਅੱਧਾ ਘੰਟਾ ਤਾਂ ਭਿਉਂ ਕੇ ਰੱਖਣਾ। ਉਹ ਝੱਗ ਆ ਗਈ ਥੋੜੀ ਥੋੜੀ ਤਾਂ, ਹਨਾ, ਹਾਂਜੀ, ਤੇ ਥੋੜੀ ਬਹੁਤੀ ਬਣੂਗੀ, ਮਤਲਬ ਬੜੀ ਝੱਗ ਨਹੀਂ ਬਣਦੀ। ਹਾਂਜੀ, 2 ਘੰਟੇ ਹੁਣ ਆਪਾਂ ਭਿਉਂ ਕੇ ਰੱਖ ਦਿੰਦੇ ਹਾਂ ਜੀ, ਫਿਰ ਦੱਸਦੇ ਹਾਂ ਵੀ ਆਪਾਂ ਕੀ ਕਰਨਾ ਜੀ। ਠੀਕ ਹੈ ਜੀ, ਲਓ ਜੀ, ਇਹਨੂੰ 2 ਘੰਟੇ ਹੋ ਗਏ ਭਿਉਂਦੇ ਪਏ ਨੂੰ। ਅੱਛਾ ਜੀ, ਤੇ ਹੁਣ ਆਪਾਂ ਇਹਦੇ ਵਿੱਚ ਬੇਬੀ ਸ਼ੈਂਪੂ ਵੀ ਪਾ ਲਾਂਗੇ ਜੀ, ਥੋੜ੍ਹਾ ਜਿਹਾ। ਠੀਕ ਹੈ ਜੀ, ਬੇਬੀ ਸ਼ੈਂਪੂ ਜੇ ਕੀ ਕਹਿੰਦੇ ਹੁੰਦੇ, ਸ਼ੈਂਪੂ ਬੇਸ਼। ਹਾਂਜੀ, ਸ਼ੈਂਪੂ ਬੇਸ਼ ਵੀ ਪਾ ਸਕਦੇ ਹਾਂ। ਨਹੀਂ, ਜਿਵੇਂ ਬੱਚਿਆਂ ਵਾਲਾ ਸ਼ੈਂਪੂ ਹੁੰਦਾ, ਇਹਦੇ ਵਿੱਚ ਕੈਮੀਕਲ ਨਹੀਂ ਹੁੰਦੇ ਜੀ, ਇਹ ਆਪਾਂ ਯੂਜ਼ ਕਰ ਸਕਦੇ ਝੱਗ ਵਾਸਤੇ। ਤੇ ਹੁਣ ਜਿਹੜੀ ਆਪਾਂ ਸਾਰੀਆਂ ਚੀਜ਼ਾਂ ਪਾਈਆਂ, ਫਾਇਦਾ ਬਹੁਤ ਕਰਨੀ ਆ, ਤੇ ਚਲੋ ਆਪਾਂ ਬਾਲ ਧੋ ਕੇ ਦਿਖਾਉਂਦੇ ਹਾਂ ਜੀ ਕਿੰਨਾ ਵਧੀਆ ਰਿਜ਼ਲਟ ਹੁੰਦਾ। ਬਾਲ ਧੋਈਏ ਜੀ, ਲਓ ਜੀ ਆਪਾਂ ਚੰਗੀ ਤਰ੍ਹਾਂ ਝੱਗ ਕਰ ਲਈ। ਚਲੋ ਜੀ, ਫਿਰ ਹੁਣ ਧੋਗੇ ਸਰ? ਹਾਂਜੀ, ਲਓ ਜੀ, ਸਿੱਧੀ ਪਾ ਦੇਣਾ ਆਪਣੇ, ਪਹਿਲਾਂ ਗਿੱਲਾ ਨਹੀਂ ਕਰਨਾ। ਆਹਾ, ਠੰਡਾ ਠੰਡਾ, ਹੌਲੀ, ਥੋੜਾ ਥੋੜਾ ਥੋੜਾ, ਆਹਾ, ਨਿੱਘਾ ਪਾਣੀ ਪਾ ਲੈਣਾ ਜੀ ਵਿੱਚ ਇਹਦੇ ਵਿੱਚ ਥੋੜਾ ਜਿਹਾ। ਨਹੀਂ ਤਾਂ ਨਵਣੇ ਸਿਰ ਜਾ ਲੱਗਦਾ, ਖੋਲ ਧੋਏ, ਬੜੀ ਮੁਲਾਇਮ ਮੁਲਾਇਮ ਚੀਜ਼ ਬਣੀ ਹੈ, ਥੋੜਾ ਬਸ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਰਵਣ, 1 ਮਿੰਟ ਖਰਚ। ਤੁਹਾਡੇ ਬਾਲ ਥੋੜੇ ਨੇ ਜੀ, ਥੋੜਾ ਜੀ ਕਾਫੀ ਰਹੂਗਾ। ਤੇ ਇਹਨੂੰ ਆਪਾਂ ਛਾਣ ਵੀ ਸਕਦੇ ਹਾਂ ਜੀ, ਮਤਲਬ ਵੀ ਜਿਹੜੇ ਮੋਟੇ ਮੋਟੇ ਪੀਸ ਉਹ ਬਾਲਾਂ 'ਚ ਨਾ ਆਉਣ। ਠੀਕ ਹੈ ਜੀ, ਉੱਤੋਂ ਉੱਤੋਂ ਹੀ ਪਾਇਆ ਜੀ, ਛਾਣਿਆ ਤਾਂ ਹੈ ਨੀਗਾ, ਤੇ ਪੁਣ ਵੀ ਸਕਦੇ ਆਪਾਂ, ਮਤਲਬ ਹਾਂਜੀ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਤੇ ਪੁਣ ਲੈਣਾ ਗਾ, ਤੇ ਫਿਰ ਆਪਾਂ ਬਾਲਾਂ ਨੂੰ ਧੋ ਲੈਣਾ ਜੀ। ਠੀਕ ਹੈ, ਇਹਦਾ ਮੁਲਾਇਮ ਮੁਲਾਇਮ ਹੁਣੀ ਕਰਤੇ ਰਹਿਣ ਯਾਰ, ਇਹਨੇ ਬਾਲ ਬਹੁਤ ਵਧੀਆ, ਕਿਉਂਕਿ ਇਹਦੇ ਵਿੱਚ ਸ਼ਿਕਾਕਾਈ ਹੈ ਜੀ, ਤੇ ਹੋਰ ਵੀ ਜਿਹੜੀਆਂ ਆਪਾਂ ਚੀਜ਼ਾਂ ਪਾਉਂਦੇ ਨਿੰਮ ਵੋ ਤੇ ਚੰਦਨ ਪਾਊਡਰ, ਬਹੁਤ ਹੀ ਵਧੀਆ ਆਪਣੇ ਬਾਲਾਂ ਤੇ, ਜਿਹੜੀ ਇਹਦੇ ਵਿੱਚੋਂ ਖੁਸ਼ਬੂ ਆਊਗੀ ਉਹ ਵੀ ਬਹੁਤ ਵਧੀਆ ਆਉਂਦੀ ਹੈ ਜੀ। ਹਾਂ, ਸਹੀ ਗੱਲ ਹੈ, ਚੰਦਨ ਦੀ ਖੁਸ਼ਬੂ ਤਾਂ ਦੋਸਤੋ ਐਡੀ ਵਧੀਆ ਆ ਰਹੀ ਹੈ ਨਾ ਹੱਦੋਂ ਪਰਾਂ। ਹਾਂਜੀ, ਤੇ ਮਤਲਬ ਬੱਚਿਆਂ ਵਾਲਾ ਸ਼ੈਂਪੂ ਵੀ ਤੁਸੀਂ ਪਾ ਸਕਦੇ ਹੋ, ਬੇਬੀ ਸ਼ੈਂਪੂ ਕੋਈ ਵੀ, ਤੇ ਇੱਕ ਅੱਧਾ ਹੋਰ ਸ਼ੈਂਪੂ ਵੀ ਲੈ ਕੇ, ਜਿਹਨਾਂ ਜਿਹੜੇ ਬਾਲ ਇਕੱਲੇ ਵੀ ਉਹ ਲੰਬੇ ਬਹੁਤ ਜ਼ਿਆਦਾ ਹੋਣਗੇ, ਉਹ ਵੀ ਆਪਾਂ ਦੱਸਾਂਗੇ ਜੀ, ਉਹ ਆਪਾਂ ਸਪੈਸ਼ਲ ਸ਼ੈਂਪੂ ਬਣਾਵਾਂਗੇ। ਤੇ ਇਹ ਹੈਗਾ ਜੀ, ਜਿਵੇਂ ਸ਼ਿਕਰੀ ਬਹੁਤ ਜ਼ਿਆਦਾ ਆ ਗਈ ਤੇ ਬਹੁਤ ਜ਼ਿਆਦਾ ਮਤਲਬ ਆਪਣੇ ਬਾਲ ਖਰਾਬ ਨੇ, ਉਹਨਾਂ ਨੇ ਬਹੁਤ ਹੀ ਵਧੀਆ ਸੈੱਟ ਕਰ ਦਿੰਦਾ ਜੀ। ਠੀਕ ਹੈ ਜੀ, ਲਓ ਜੀ, ਐਂ ਆਪਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਹੈ, ਤੇ ਇਦੂ ਬਾਅਦ ਫਿਰ ਧੋ ਲੈਣੇ ਆ। ਉਸੇ ਹੀ ਪਾਣੀ ਨਾਲ ਧੋਣੇ ਰਹਿਣੇ, ਬਾਹਰ ਪੱਤੇ ਨਾਲ ਤਾਂ ਨਹੀਂ ਧੋਣੇ? ਨਹੀਂ ਨਹੀਂ ਜੀ, ਗੁਣਗੁਣਾ ਜਿਹਾ ਪਾਣੀ ਹੋਵੇ, ਕਿਉਂਕਿ ਜਦੋਂ ਆਪਾਂ ਜ਼ਿਆਦਾ ਗਰਮ ਪਾਣੀ ਪਾਉਂਦੇ ਹਾਂ ਤਾਂ ਫਿਰ ਬਾਲਾਂ 'ਚ ਸ਼ਿਕਰੀ ਦੀ ਪ੍ਰੋਬਲਮ ਆ ਜਾਂਦੀ ਜੀ, ਤਾਂ ਹੀ ਆਪਣੇ ਜਿਹੜੇ ਬਾਲ ਉਹ ਝੜਨ ਲੱਗ ਜਾਂਦੇ ਆ ਜੀ, ਸ਼ਿਕਰੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ, ਇਸ ਕਰਕੇ ਜਿਹੜਾ ਪਾਣੀ ਉਹ ਨੋਰਮਲ ਜਿਹਾ ਲੈਣਾ ਚਾਹੀਦਾ ਜੀ। ਹਾਂਜੀ, ਤੇ ਬਾਲਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ, ਚੰਗੀ ਤਰ੍ਹਾਂ ਮਤਲਬ 1-2 ਮਿੰਟ ਦੀ ਮਸਾਜ ਕਰ ਲੈਣੀ ਹੈ। ਹਾਂਜੀ ਹਾਂਜੀ, ਮਸਾਜ ਕਰਕੇ ਤੇ ਆਪਾਂ ਮਤਲਬ ਸਾਰੇ ਜਿਹੜੇ ਬਾਲ ਆ ਚੰਗੀ ਤਰ੍ਹਾਂ ਵਾਸ਼ ਕਰ ਲੈਣੇ, ਤੇ ਇਹਨੂੰ ਪੁਣ ਕੇ ਵੀ ਵਰਤ ਸਕਦੇ ਆਪਾਂ, ਪੁਣ ਕੇ ਵੀ ਵਰਤ ਸਕਦੇ ਹਾਂ ਜੀ। ਠੀਕ ਹੈ, ਬਾਲਾਂ 'ਚ ਨਾ ਅੜੇ, ਤੇ ਨਹੀਂ ਆਪਾਂ ਐਵੇਂ ਵੀ ਇਹਨੂੰ ਵਰਤ ਸਕਦੇ ਹਾਂ ਜੀ, ਐਵੇਂ ਵਰਤ ਸਕਦੇ ਹਾਂ। ਵਧੀਆ ਚੀਜ਼ ਬਣੀ ਆ ਰਮਣੀ ਯਾਰ, ਬਾਲ ਤਾਂ ਮੇਰੇ ਬਹੁਤ ਮੁਲਾਇਮ ਮੁਲਾਇਮ ਬਾਲ ਹੋ ਗਏ ਇਹਦੇ ਨਾਲ। ਹਾਂਜੀ, ਹੈਂ, ਤੇ
ਬਾਕੀ ਇਹ ਮਤਲਬ ਪਾਣੀ 1 ਲੀਟਰ ਜੂਸ ਸਾਰਾ ਕਰਨਾ ਆਪਾਂ, ਜਿਵੇਂ ਹੁਣ 1 ਲੀਟਰ ਚ ਆਪਾਂ 2 ਚਮਚੇ ਪਾਈ ਸੀਗੇ? ਨਹੀਂ ਨਹੀਂ ਜੇ ਬਾਲਾਂ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਪਾ ਸਕਦੇ, ਜ਼ਿਆਦਾ ਲੰਬੇ ਨੇ ਤਾਂ ਆਪਾਂ ਵੱਧ ਪਾ ਸਕਦੇ ਇਹ ਪਾਊਡਰ। ਠੀਕ ਹੈ ਜੀ। ਤੇ ਜੇ ਆਪਾਂ ਬਾਲ ਜਿਵੇਂ ਤੁਹਾਡੇ ਛੋਟੇ ਨਹੀਂ ਜੇ, ਤਾਂ ਆਪਾਂ 1 ਚਮਚਾ ਵੀ ਲੈ ਸਕਦੇ ਹਾਂ। ਹਾਂਜੀ, ਬਾਕੀ ਰਮਣੇ ਚੰਦਨ ਦੀ ਤਾਂ ਉਵੇਂ ਖੁਸ਼ਬੂ ਆਉਂਦੀ ਹੈ ਜਿਹੜਾ ਆਪਾਂ ਚੰਦਨ ਵਿੱਚ ਪਾਇਆ। ਖੁਸ਼ਬੂ ਬਹੁਤ ਵਧੀਆ ਹੁੰਦੀ ਤੇ ਫਾਇਦੇ ਵੀ ਬਹੁਤ ਨੇ ਜੀ। ਹਾਂਜੀ, ਤੇ ਜ਼ਰੂਰ ਟਰਾਈ ਕਰਿਓ ਜੀ। ਜ਼ਰੂਰ ਟਰਾਈ ਕਰਕੇ ਦੇਖਿਓ ਦੋਸਤੋ, ਮਤਲਬ ਜਿਨ੍ਹਾਂ ਦੇ ਕਾਰਾ ਜਾਂ ਕੁਛ ਵੀ ਹੈ ਨਾ ਸਿਸਟਮ, ਫਿਰ ਜਾਂ ਬਾਲ ਝੜਦੇ ਝੁੜਦੇ ਨੇ ਲੰਬੇ ਘੱਟ ਨੇ, ਤਾਂ ਉਹ ਜ਼ਰੂਰ ਵਰਤਿਓ। ਅਤੇ ਬਾਕੀ ਜਿਵੇਂ ਕਾਰ ਹੋ ਜਾਂਦੀ ਹੈ, ਫੋੜੇ ਫੁੰਸੀਆਂ ਹੋ ਜਾਂਦੀਆਂ ਕਈ ਵਾਰੀ ਸਿਰ 'ਤੇ ਰਹਾਉਣੇ, ਹੈ ਨਾ? ਹਾਂਜੀ ਹਾਂਜੀ, ਉਹਨਾਂ ਨੂੰ ਵੀ ਖਤਮ ਕਰਦਾ ਜੀ। ਉਹਦੇ ਲਈ ਨਿੰਮ ਵੀ ਪਾਇਆ, ਨਿੰਮ ਨਿੰਮ ਐਂਟੀਬਾਇਓਟਿਕ ਹੈ ਜੀ, ਕਿਉਂ ਜਿਵੇਂ ਫੋੜੇ ਫਿੰਸੇ ਜਾਂ ਹੋਰ ਵੀ ਬਾਲਾਂ 'ਚ ਕੋਈ ਵੀ ਇਨਫੈਕਸ਼ਨ ਆ ਉਹਨੂੰ ਦੂਰ ਕਰਦਾ, ਅਤੇ ਬਹੁਤ ਵਧੀਆ ਰਿਜ਼ਲਟ ਆਉਂਦਾ। ਜ਼ਰੂਰ ਟਰਾਈ ਕਰਿਓ ਜੀ, ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।